ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ, ਮੁਲਕ ਬਦਲੇ ਮਲਕ ਬਦਲੇ, ਜ਼ਮੀਨੋਂ ਅਸਮਾਨ ਬਦਲੇ, ਮਗਰ ਜੇ ਮੁਮਕਿਨ ਹੈ ਕਿ ਇੱਕ ਗੁਰਸਿੱਖੀ ਜ਼ੁਬਾਨ ਬਦਲੇ, ਕਰਮ ਖੰਡ ਕੀ ਬਾਣੀ ਜੋਰ। ਕਹਿਣ ਲੱਗੇ ਜ਼ਮੀਨ ਬਦਲ ਸਕਦੀ, ਮੁਲਕ ਬਦਲ ਸਕਦੇ, ਅਸਮਾਨ ਆਪਣੀ ਦਿਸ਼ਾ ਚੇਂਜ ਕਰ ਸਕਦਾ ਹੈ, ਸੂਰਜ ਆਪਣੀ ਦਿਸ਼ਾ ਚੇਂਜ ਕਰ ਸਕਦਾ ਹੈ, ਪਰ ਗੁਰਸਿੱਖ ਦਾ ਕਹਿਆ ਬੋਲ ਕੀਤੀ ਜ਼ੁਬਾਨ ਕਦੇ ਵਿਅਰਥ ਨਹੀਂ ਜਾਂਦੀ ਤੇ ਆਪਣੀ ਜ਼ੁਬਾਨ ਤੋਂ ਕਦੇ ਮੁਕਰਦਾ ਨਹੀਂ।